ਇਹ ਜੀ ਕੋਈ ਗੱਲ ਨਹੀਂ ਸ਼ੇਰ ਬਾਈ, ਇਹ ਜੇ ਤਾਂ ਛੋਟੇ ਮੋਟੇ ਜ਼ਿਮੀਂਦਾਰ ਆਪਣੇ ਜੁੱਤੀਆਂ ਦੇ ਬਰਾਬਰ ਹੈ। ਕੌਣ ਬਾਈ? ਉਹ ਇਹ ਜਾਣ ਕੇ ਤੂੰ ਕੀ ਲੈਣਾ ਹੈ? ਤੂੰ ਪਹਿਲਾਂ ਐਂ ਦੱਸ ਵੀ ਇਹ ਨਾਲ ਦੇ ਪਿੰਡ ਵਾਲੇ ਸੁਖਦੇਵ ਸਿੰਘ ਦੀ ਜ਼ਮੀਨ ਦੇ ਕਾਗਜ਼ ਕਿਹੜੇ ਹੱਕ ਨਾਲ ਆਪਦੇ ਕੋਲੇ ਰੱਖੀ ਬੈਠਾ ਹੈ? ਗੱਲ ਸੁਣ ਓਏ, ਕੱਲ ਔਕਾਤ ਚ ਰਹਿ ਕੇ ਕਰ, ਤੇਰੇ ਵਰਗੀਆਂ ਗੱਡੀਆਂ ਪੁੱਛੀਆਂ ਬਥੇਰੀਆਂ ਆਉਂਦੀਆਂ, ਤੇ ਧਿਆਨ ਨਾਲ ਸੋਚ ਲਈ, ਇਹ ਹੈ ਸਾਡਾ ਕੰਮ। ਅਗਰ ਕੋਈ ਇੱਕ ਪਿਓ ਦੀ ਔਲਾਦ ਹੈ ਤਾਂ ਇਹ ਕਾਗਜ਼ ਮੈਥੋਂ ਲੈ ਕੇ ਦਿਖਾਵੇ। ਤੇਰਾ ਕਿਹੜਾ ਉਹ ਪਿਓ ਲੱਗਦਾ ਹੋਵੇ ਜਿਹੜਾ ਤੂੰ ਇੱਥੇ ਰੋਕੀ ਇਹਦਾ ਉਸਤਾਦ ਅਤੇ ਪਟਵਾਰੀ ਦਾ ਉਸਤਾਦ ਦੋਨੇ ਸੇਮ ਹੀ ਆ। ਬਈ ਤੂੰ ਨਾ ਜਾ, ਇਹਨੇ ਗੋਲੀ ਮਾਰ ਦੇਣੀ ਹੈ। ਉਹ ਰੋਕ ਇੱਕ ਮਿੰਟ, ਗੱਲ ਤਾਂ ਕਰਕੇ ਵੇਖੀਏ। ਆ ਵੀ ਕਾਕਾ, ਬੜੀ ਹੱਥ ਚੱਕੀ ਹੈ, ਲੱਗਦਾ ਤੈਨੂੰ ਸਾਡੇ ਕੱਬੇ ਸੁਭਾਅ ਬਾਰੇ ਹਲੇ ਪਤਾ ਨਹੀਂ। ਵਹਿਮ ਚ ਤਾਂ ਤੁਸੀਂ ਫਿਰ ਜਾਓ ਥਾਣੇਦਾਰ ਸਾਹਿਬ। ਦੇਖੋ ਸਾਡੀ ਜ਼ਿੰਦਗੀ ਤਾਂ ਹੁਣ ਖਰਾਬ ਹੋ ਹੀ ਗਈ, ਹੁਣ ਭਾਵੇਂ ਸਜ਼ਾ ਇੱਕ ਕਤਲ ਦੀ ਮਿਲੇ ਜਾਂ ਫਿਰ ਦੋਹਾਂ ਦੀ, ਸਾਨੂੰ ਵੀ ਬਹੁਤਾ ਫਰਕ ਨਹੀਂ ਪੈਣਾ। ਇਸ ਕਰਕੇ ਇਸ ਕੰਮ 'ਚ ਜੇ ਤੁਸੀਂ ਵਿੱਚ ਨਾ ਹੀ ਆਓ ਤਾਂ ਆਪਣੇ ਸਾਰਿਆਂ ਦਾ ਹੀ ਫਾਇਦਾ ਹੈ। ਕਿਹਨੂੰ ਮਿਲਣਾ? ਸ਼ੇਰੇ ਨੂੰ।
ਉਹ ਸ਼ੇਰੇ ਤੱਕ ਤਾਂ ਸਮੇਂ ਦੀਆਂ ਸਰਕਾਰਾਂ ਨਹੀਂ ਪਹੁੰਚ ਸਕੀਆਂ। ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਉਹ ਅਸੀਂ ਤਾਂ ਇੱਥੇ ਗੱਲਬਾਤ ਹੀ ਕਰਨ ਆਏ ਸੀ, ਪਰ ਤੁਸੀਂ ਲੱਗਦਾ ਆਪਦੇ ਵਾਲੀ ਕਰਵਾਓਗੇ। झूठे केस च फसा के साडा सारा बिजनेस आपदे ना करवा लिया। इस तो पहला उस नूं मैं मारदा, ओहदा कंडा किसे होर ने कढ़ता, ते पिछे रह गया तू, तेरा कंडा हुण मैं कढूं। ਸਤਿ ਸ਼੍ਰੀ ਅਕਾਲ ਜੀ, ਕਿਵੇਂ ਲੱਗਿਆ ਫੈਸਲਾ 2 ਫੁੱਲ ਕਨਸੈਪਟ? ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਜੇ ਵਧੀਆ ਲੱਗਿਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਓ, ਤੇ ਜਿਹੜੇ ਯੂਜ਼ਰ ਆਪਣੇ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਲਿਓ। ਇਸ ਤੋਂ ਬਾਅਦ ਵੀ ਤੁਹਾਡੇ ਲਈ ਬਹੁਤ ਘੈਂਟ ਘੈਂਟ ਕਨਸੈਪਟ ਆ ਰਹੇ ਨੇ, ਤਾਂ ਕਿ ਜਦੋਂ ਵੀ ਵੀਡੀਓ ਆਉਂਦੀ ਹੈ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਏ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਵੀਡੀਓ ਨੂੰ ਇੰਜੋਏ ਕਰ ਸਕੀਏ। ਸੋ ਉਦੋਂ ਤੱਕ ਇਸ ਵੀਡੀਓ ਨੂੰ ਦਿਓ ਪਿਆਰ, ਬਹੁਤ ਬਹੁਤ ਪਿਆਰ ਭਾਈ, ਸਤਿ ਸ਼੍ਰੀ ਅਕਾਲ।